सत श्री अकाल जी, मैं तुहाडा अपना सतकीरत सिंह ते अज आया जी मैं नॉन वेज हैवन च पंजाब लई जिहड़ा हैवन आ वो है जी जीरू रहमानी। चलो इत्थे नहीं लिखिआ जिथे हाँ इत्थे लिखिआ जीरू रहमानी मटन पॉइंट। ਇਹ ਹੈ ਜੀ ਇੱਥੇ ਆਪਣਾ ਮਲੇਰਕੋਟਲੇ ਵਿੱਚ ਅਤੇ ਬਹੁਤ ਮਸ਼ਹੂਰ ਜਗ੍ਹਾ। ਅੱਜ ਆਪਾਂ ਇੱਥੇ ਔਡਰ ਕੀਤੇ ਆ ਜੀ 3 ਪੀਸ ਉਹਦੇ ਆਪਣਾ ਚਿਕਨ ਸੀਖ ਕਬਾਬ ਕਰੀਮੀ ਦੇ ਅਤੇ ਇੱਕ ਮੰਗਾਇਆ ਜੀ ਆਪਾਂ ਚਿਕਨ ਕੋਰਮਾ ਅਤੇ ਇੱਕ ਮੰਗਾਇਆ ਜੀ ਆਪਾਂ ਮਟਨ ਸਟੂ ਅਤੇ ਨਾਲ ਖਮੀਰ ਰੋਟੀ ਅਤੇ ਰਾਈਸ। ਅਤੇ ਆਉਂਦੇ ਆ ਅਤੇ ਤੁਹਾਨੂੰ ਦਿੰਦੇ ਹਾਂ ਰਿਵਿਊ। ਬਾਕੀ ਇਹਦੀ ਲੋਕੇਸ਼ਨ ਹੈ ਜਿਹੜੀ ਤੁਸੀਂ ਗੂਗਲ ਮੈਪ 'ਤੇ ਪਾ ਕੇ ਆ ਸਕਦੇ ਹੋ। ਐਂ ਐਗਜੈਕਟ ਤਾਂ ਮੈਂ ਵੀ ਨਹੀਂ ਸਮਝਾ ਸਕਦਾ। ਆਪਣਾ ਜਦੋਂ ਆਪਾਂ ਲੁਧਿਆਣੇ ਤੋਂ ਮਲੇਰਕੋਟਲੇ ਵੱਲ ਨੂੰ ਆਉਂਦੇ ਹਾਂ ਤਾਂ ਸਟਾਰਟਿੰਗ ਦੇ ਵਿੱਚ ਹੀ ਆ ਜਾਂਦਾ, ਇੱਕ ਗਲੀ ਜੀ ਮੁੜਨੀ ਆ ਬਸ, ਦੈਟਸ ਇਟ। ਅਤੇ ਬਾਕੀ ਤੁਹਾਨੂੰ ਰਿਵਿਊ ਕਰਦੇ ਹਾਂ ਮੈਂ, ਮਤਲਬ ਪਰ ਹੈ ਤਾਂ ਮੇਰੀ ਫੇਵਰੇਟ ਜਗ੍ਹਾ ਹੈ, ਮੈਂ ਬਹੁਤ ਸਾਰੀ ਆਇਆ। ਹੁਣ ਮੂੰਹ 'ਚ ਪਾਣੀ ਆ ਰਿਹਾ, ਹੁਣ ਤਾਂ ਮੈਨੂੰ ਵੇਟ ਹੈ ਵੀ ਕਦੋਂ ਮੇਰਾ ਫੂਡ ਆ ਜਾਵੇ ਅਤੇ ਮੈਂ ਉੱਥੇ ਜਿਹਨ ਟੁੱਟ ਕੇ ਪੈ ਜਾਵਾਂ ਅਤੇ ਤੁਹਾਨੂੰ ਖਾ ਕੇ ਦਿਖਾਉਣਾ ਕਿੱਦਾਂ ਦਾ ਲੱਗਦਾ। ਹਜੇ ਤਾਂ ਸੀਖ ਕਬਾਬ ਆਉਣੇ ਆ ਨਾ ਆਪਣੇ। ਇਹ ਆਇਆ ਵਾ ਚਿਕਨ ਕੋਰਮਾ ਅਤੇ ਇਹ ਆਇਆ, ਇਹ ਕੀ ਆਇਆ, ਇਹ ਆਇਆ ਮਟਨ ਸਟੂ। ਵਾਹ ਜੀ ਵਾਹ। ਨਾਲ ਆਈ ਹੈ ਜੀ ਆਪਣੀ ਖਮੀਰੀ ਰੋਟੀ, ਕਿਆ ਬਾਤ ਹੈ ਜੀ। ਸਭਸੇ ਪਹਿਲੇ ਹਮ ਖਾਏਂਗੇ ਮਟਨ ਸਟੂ, ਇੱਕ ਇਹ ਪੀਸ ਰੱਖ ਲੈਤੇ ਹੈ, ਸਾਥ ਮੈਂ ਥੋੜ੍ਹੀ ਸੀ ਗ੍ਰੇਵੀ ਲੈ ਲੈਤੇ ਹੈ। ਓਏ ਹੋਏ, ਚਿਕਨ ਕੋਰਮਾ, ਅਰੇ ਵਾਹ, ਗੁੱਡ ਹੈ। ਵਾਹ ਜੀ ਵਾਹ, ਚਿਕਨ ਕੋਰਮਾ। ਮੈਂ ਫਟਾਫਟ ਖਾ ਲਾ ਕਿਉਂਕਿ ਮੇਰੇ ਨਾਲ ਭੈਣ ਆ ਅਤੇ ਭਰਾ ਆ, ਉਹਨਾਂ ਦਾ ਵੀ ਭੁੱਖ ਨਾਲ ਬਹੁਤ ਬੁਰਾ ਹਾਲ ਆ। ਮੇਰੇ ਟੁੱਟੇ ਹੱਥ ਕਰਕੇ ਮੈਨੂੰ ਥੋੜ੍ਹਾ ਜਿਹਾ ਟਾਈਮ ਲੱਗੂਗਾ ਜੀ ਖਾਣ ਨੂੰ। ਅਤੇ ਸਭ ਤੋਂ ਪਹਿਲਾਂ ਹੁਣ ਆਪਾਂ ਖਾਂਦੇ ਹਾਂ ਚਿਕਨ ਕੋਰਮਾ। ਅਸੀਂ ਤਾਂ ਜਦੋਂ ਸੀ ਕਬਾਬ ਆਉਣਗੇ ਉਦੋਂ। ਵਾਹ ਜੀ ਵਾਹ, ਹਾਂ ਹਾਂ ਦੋ ਰੱਖ ਦੋ। ਓਏ ਹੋਏ, ਆਹ ਦਿਖਾਈਆਂ ਜੀ ਇੱਧਰੋਂ ਨੇੜੇ ਦੀ। ਵਾਹ ਜੀ ਵਾਹ ਯਾਰ, ਬਹੁਤ ਘੈਂਟ। ਲੋ ਬਹੁਤ ਗੁੱਡ ਯਾਰ। ਹੁਣ ਵਾਰੀ ਹੈ ਜੀ ਮਟਨ ਖਾਣ ਦੀ। ਇਹ ਹੈ ਜੀ ਮਟਨ ਸਟੂ, ਚੱਕਦੇ ਚੱਕਦੇ ਥੱਲੋਂ ਪੀਸ ਟੁੱਟ ਗਿਆ। ਹਾਂ ਹਾਂ ਹਾਂ, ਥੋੜ੍ਹੀ ਗ੍ਰੇਵੀ। ਨਹੀਂ ਮਟਨ ਸਟੂ ਨਹੀਂ ਆ ਭਈਆ, ਇਹ ਮਟਨ ਸਟੂ ਆ। ਪਤਲਾ ਨਹੀਂ ਹੁੰਦਾ ਜੇ ਥੋੜ੍ਹਾ ਜਿਹਾ, ਕੈਸਾ ਇਹ ਬਹੁਤ ਗ੍ਰੇਵੀ ਡਾਰਕ ਨਹੀਂ ਇਸ ਚੀਜ਼, ਪਤਲਾ ਨਹੀਂ ਹੁੰਦਾ ਸਟੂ। ਸਟੂ ਐਸੀ ਹੈ ਜਿਸ ਮੈਂ ਤਾਂ ਗ੍ਰੇਵੀ ਹੋਰ ਵੀ ਕਮ ਰਹਿਤੀ ਹੈ। ਅੱਛਾ, ਫਿਰ ਮੈਂ ਪਹਿਲੇ ਕੁਝ ਗਲਤ ਖਾ ਲਿਆ ਹੋਗਾ ਸ਼ਾਇਦ, ਹੋਰ ਹੋਗਾ। ਹਾਂ ਸ਼ਾਇਦ ਅੱਛਾ ਠੀਕ ਹੈ ਜੀ, ਕਿਆ ਬਾਤ ਹੈ। ਹੈਰੀ ਆਹ ਦਿਖਾ ਯਾਰ ਸਭ ਤੋਂ ਮੇਨ ਚੀਜ਼। ਓਏ ਹੋਏ ਹੋਏ, ਕਰੀਮੀ ਚਿਕਨ ਸੀਖ ਕਬਾਬ ਹੈ ਨਾ। ਹਰੀ ਕਰੀ ਇਹ ਤਾਂ ਕੰਨੀ ਗਰ, ਮੈਨੂੰ ਬੋਲਣ ਦੀ ਲੋੜ ਹੀ ਨਹੀਂ। ਓਹੋ ਠੀਕ ਮਾਂ, ਓਏ ਹੋਏ ਯਾਰ, ਇਹਦਾ ਮੇਲਾ ਟੁੱਟ ਕੇ ਲੈ ਗਿਆ। ਮਟਨ ਵਾਲੇ ਵੀ ਹੁੰਦੇ ਨਾ ਕੋਈ, ਜਿਹਨੇ ਮਟਨ ਵਾਲੇ ਖਾਣੇ ਮਟਨ ਵਾਲੇ ਖਾ ਲਓ, ਜਿਹਨੇ ਚਿਕਨ ਵਾਲੇ ਖਾਣੇ ਚਿਕਨ ਵਾਲੇ ਖਾ ਲਓ। ਇਹ ਬਹੁਤ ਸਵਾਦ ਆ, ਲੈ ਲੈ ਕੇ ਸਾਰਾ ਕੁਝ ਤਾਮਾ ਜਾਮਾ ਕਰਕੇ ਮਸਟ ਟਰਾਈ ਜਗ੍ਹਾ ਜੀ ਜੀਰੂ ਰਹਿਮਾਨੀ। ਤੁਸੀਂ ਸਾਰੇ ਜ਼ਰੂਰ ਆਓ, ਫੈਮਿਲੀ ਨਾਲ ਆਓ, ਉੱਤੇ ਫੈਮਿਲੀ ਨਾਲ ਬਹਿ ਸਕਦੇ ਹਾਂ, ਥੱਲੇ ਯਾਰਾਂ ਦੋਸਤਾਂ ਨਾਲ ਬਹਿ ਸਕਦੇ ਹਾਂ। ਅਤੇ ਐਂਡ ਕਰੂੰਗਾ ਹੁਣ ਮੈਂ ਵੀਡੀਓ ਦਾ, ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ, ਕਮੈਂਟ ਆ ਦਿਓ ਮੈਨੂੰ ਸੁਜੈਸ਼ਨ, ਬਾਕੀ ਸਬਸਕ੍ਰਾਈਬ ਕਰ ਲਓ ਮੇਰਾ ਯੂਟਿਊਬ ਚੈਨਲ ਫੂਡ 18। ਥੈਂਕ ਯੂ ਜੀ। ਦਿੱਲੀ ਦੀ ਕਮੀ ਜੇ ਕੋਈ
पूरी कर सकता ना तो वह जीरू रहमानी है भी मतलब जे मैं मैं दिल्ली का मैं खाना खाने का जी कर तो मैं मलेरकोट ले आऊँगा जीरू रहमानी दिल्ली जाने की लड़ नहीं सेम जायका वो ना ज्यादा अच्छा जायका ज्यादा अच्छे क्वालिटी तो ज्यादा अच्छे लोग दिल्ली नो इतने ने तो रेट इन्हों के बहुत जायज ने बहुत ही ज़्यादा जायज मतलब एम खासा कुछ मंगा लो फिर भी बिल बहुत जायज आता मतलब हम मैं कि हम कली कली चीज़ का रेट दसा लुधियाने अपने बहुत जायज आ तो रही गल हूँ खाना बहुत डिलीशियस सी सारा कुछ फिनिश करता तो चिकन कोरमा थोड़ा जहा रह गया सी भरा ने साड़ी बहुत मदद की उरे आ भरा की नाम है तेरा कश्मीर तो भरा मैं कहना कश्मीर जरूर जायो कहना फिर थोनू खाना यार उत्थे दा कश्मीरी वाजवान है थोड़ी दावत जिहड़ी है कोई दे ही नहीं सकता थोड़ा खाना बहुत अच्छा यार मैं पता मैं कश्मीरी कुजीन मैं बहुत अच्छी लगती है चंगी लगी तो लाइक कर दो कमेंटा दो मैं सजेशन बाकी सबसक्राइब कर लो मेरा यूट्यूब चैनल फूड 18 हाँ इतने जरूर आओ यार जीरू इकोनॉमिकली भी बहुत चीप आ अपने लुधियाने नालों बहुत गुड आ खाना भी बहुत अच्छा है बाकी ढिड भर लिया मैं सत श्री अकाल जी।